सत श्री अकाल जी, तुसी देख रहे हो लिबरल टीवी पंजाबी, लोकां दी आवाज़ लोकां लई। ते मैं हाँ करन हांडा। ना तीरां ना तलवारां तों सिख कौम डरे गद्दारां तों। गद्दार ओ जो गुरद्वारे दी जमीन वेच के मुनाफा खट्टण दी सोच रखे। गद्दार ओ जो गुरु दी गोलक नूं सन लाण दी सोच रखे। अज गुरद्वारा अंब साहिब दे नाल जुड़ी एक वड्डी खबर सामने आई है। अकाल यूथ वालों इस खबर का पर्दाफाश किया गया। उन्होंने दस्या कि श्रोमणी कमेटी मोहाली दे विच स्थित पावन स्थान गुरद्वारा अंब साहिब की जमीन वेचण की फराक विच है, ते इस दे लई उन्होंने कार्रवाइयां भी शुरू कर दित्तियां ने। हुण इस दे चलदिआं अकाल यूथ जगतार सिंह हवारा दे पिता बापू गुरचरण सिंह की अगवाई हेठ अज गुरद्वारा अंब साहिब के बाहर प्रदर्शन कर रही है। वड्डा रोस प्रदर्शन किया जा रहा है। वड्डी गिणती दे विच सिख संगत इस दे विच शमूलीयत पा रही है। श्रोमणी कमेटी उत्ते तरह तरह के आरोप लग रहे हैं। उन्हां नूं सिख कौम का गद्दार तक कहा जा रहा है। तुसीं भी देखो लिबरल टीवी पंजाबी दे पत्रकार की गलबात जगतार सिंह हवारा दे पिता बापू गुरचरण सिंह जी दे नाल, ते नाल ही पंजाब हरियाणा दे उग्गे एडवोकेट सीनियर एडवोकेट अमर सिंह चहल दे नाल। अज तुसीं इत्थे अंब साहिब गुरुद्वारे आए हैं, एक की विरोध सीगा जी? सारा देखो जिहड़ा गुरद्वारा अंब साहिब पवित्र स्थान है, अज असीं एक मसले नूं लै के इत्थे हाज़र होए हैं। इस गुरु घर की जमीन एक सैणी माजरे विच ਉਹਨੂੰ ਸ਼੍ਰੋਮਣੀ ਕਮੇਟੀ ਕੌਡੀਆਂ ਦੇ ਭਾਅ ਵੇਚਣ ਜਾ ਰਹੀ ਹੈ। ਅਸੀਂ ਉਹਨੂੰ ਰੋਕਣ ਵਾਸਤੇ ਅੱਜ ਸੰਗਤਾਂ ਨੂੰ ਸੁਚੇਤ ਕਰਨ ਵਾਸਤੇ ਅੱਜ ਇੱਥੇ ਪਹੁੰਚੇ ਹਾਂ। ਅਸੀਂ ਉਹ ਆਪਣਾ ਲਿਖਤੀ ਜਿਹੜਾ ਮੈਮੋਰੰਡਮ ਹੈ ਉਹ ਸ਼੍ਰੋਮਣੀ ਕਮੇਟੀ ਨੂੰ ਵੀ ਪਹੁੰਚਦਾ ਕਰਿਆ, ਕਿਉਂਕਿ ਦੇਖੋ ਗੁਰੂ ਘਰਾਂ ਦੀ ਜਿਹੜੀ ਜਾਇਦਾਦ ਹੈ ਬਹੁਤ ਔਖੀ ਬਣਦੀ ਹੈ। ਇੱਕ ਬੀਬੀ ਨੇ, ਗੁਰਸਿੱਖ ਬੀਬੀ ਨੇ ਦਾਨ ਕੀਤੀ ਸੀ ਗੁਰੂ ਘਰ ਨੂੰ, ਕਿੰਨੀ ਉਹਦੀ ਭਾਵਨਾ ਦੇਖੋ, ਕਿੰਨੀ ਉਸਨੇ ਸਰਦਾ ਨਾਲ ਐਡੀ ਕੀਮਤੀ ਜ਼ਮੀਨ ਦਾਨ ਕੀਤੀ ਹੈ, ਜਿਸ 'ਚੋਂ 11-12 ਕਿੱਲੇ ਤਕਰੀਬਨ ਇਹ ਸ਼੍ਰੋਮਣੀ ਕਮੇਟੀ ਪਹਿਲਾਂ ਵੇਚ ਚੁੱਕੀ ਹੈ। ਅੱਜ ਜਿਹੜੀ ਰਹਿੰਦੀ ਜ਼ਮੀਨ ਹੈ 12-13 ਕਿੱਲੇ, ਉਹ ਹੁਣ ਵੇਚਣ ਜਾ ਰਹੀ ਹੈ, ਜਿਹਦਾ ਮੌਕੇ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਨੇ ਵੀ ਵਿਰੋਧ ਕਰਿਆ, ਪਰ ਉਹਦੀ ਗੱਲ ਸੁਣੀ ਨਹੀਂ ਜਾ ਰਹੀ। ਅੱਜ ਅਸੀਂ ਉਸ ਨੂੰ ਲੈ ਕੇ ਅੱਜ ਇੱਥੇ ਗੁਰਦੁਆਰਾ ਅੰਬ ਸਾਹਿਬ ਪਹੁੰਚੇ ਹਾਂ, ਸੰਗਤਾਂ ਪਹੁੰਚੀਆਂ। ਜੇਕਰ ਇਸ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਨੇ ਨਾ ਰੋਕਿਆ ਤਾਂ ਅਸੀਂ ਵੱਡੇ ਪੱਧਰ 'ਤੇ ਇਹਦਾ ਵਿਰੋਧ ਕਰਾਂਗੇ। ਬਿਲਕੁਲ ਗੁਰੂ ਘਰ ਦੀ ਜਾਇਦਾਦ ਹੈ ਜਿਹੜੀ, ਉਹ ਇੱਕ ਪੈਸਾ ਵੀ ਅਸੀਂ ਵਿਕਣ ਨਹੀਂ ਦੇਣੀ। ਚਾਹਲ ਸਾਹਿਬ, ਅੱਜ ਇੱਥੇ ਅੰਬ ਸਾਹਿਬ ਗੁਰਦੁਆਰੇ ਆ ਕੇ ਤੁਸੀਂ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ, ਕੀ ਹੈ ਜੀ ਸਾਰਾ? ਇਹ ਗੁਰਦੁਆਰਾ ਸਾਹਿਬ ਦੀ ਕੋਈ ਜ਼ਮੀਨ ਹੈ ਜੀ, ਉਹਦੇ ਜਿਹੜੀ 12-12 ਏਕੜ ਦੇ ਲਗਭਗ ਉਹ ਪਤਾ ਲੱਗ ਰਿਹਾ ਵੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹੜੀ ਹੈ ਗਮਾਡਾ ਨੂੰ ਵੇਚ ਰਹੀ ਹੈ। ਗੁਰੂ ਘਰ ਦੀ ਜਿਹੜੀ ਜਾਇਦਾਦ ਹੈ ਕਿਸੇ ਮਾਤਾ ਨੇ ਕਹਿੰਦੇ ਗਿਫਟ ਕੀਤੀ ਸੀ, ਦਾਨ ਕੀਤੀ ਸੀ, ਉਹਨਾਂ ਦੀਆਂ ਭਾਵਨਾਵਾਂ ਕਿੱਡੀਆਂ ਗੁਰੂ ਘਰ ਦੇ ਪ੍ਰਤੀ ਹੈਗੀਆਂ ਸੀ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਜ਼ਮੀਨ ਜਿਹੜੀ ਹੈ ਨਾ ਵੇਚਣ ਨਹੀਂ ਦੇਣੀ ਚਾਹੀਦੀ, ਚਾਹੇ ਗਮਾਡਾ ਨੂੰ ਲੈਣ ਨਹੀਂ ਦੇਣੀ ਚਾਹੀਦੀ। ਜਿਹੜੀਆਂ ਇਤਿਹਾਸਿਕ ਗੁਰਦੁਆਰੇ ਸਾਹਿਬਾਨ ਨੇ ਉਹਨਾਂ ਦੇ ਨਾਲ ਜਿਹੜੀ ਜ਼ਮੀਨ ਹੋਵੇ ਉਹ ਸਰਕਾਰ ਖਰੀਦ ਨਹੀਂ ਸਕਦੀ ਜਾਂ ਲੈ ਨਹੀਂ ਸਕਦੀ, ਉਹਨੂੰ ਛੱਡਣਾ ਪਏਗਾ। ਸੋ ਜਿੰਨਾ ਜੇ ਸਹਿਮਤੀ ਦੇ ਦਿੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹ ਜ਼ਮੀਨ ਤੁਸੀਂ ਲੈ ਲਓ, ਫਿਰ ਤੋਂ ਲੈ ਲੈਣਗੇ। ਜੇ ਸਹਿਮਤੀ ਨਾ ਦੇਣ ਤੋਂ ਜ਼ਮੀਨ ਨਹੀਂ ਲੈ ਸਕਦੇ। ਸੋ ਉਹ ਜ਼ਮੀਨ ਜਿਹੜਾ ਹੈ ਸ਼ਹਿਰੀ ਜ਼ਮੀਨ ਬਣ ਗਈ ਹੈ, ਬਹੁਤ ਵੱਡੀ ਕੀਮਤ ਉਹਦੀ ਬਣ ਗਈ ਹੈ। ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ 12-13 ਏਕੜ ਜ਼ਮੀਨ ਕਿਤੇ ਮਿਲਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜੇ ਅਸੀਂ ਉਸ ਜ਼ਮੀਨ 'ਤੇ ਕੋਈ ਜਿਹੜਾ ਹੈ ਸਕੂਲ ਪੰਥਕ ਤੌਰ 'ਤੇ ਬਣਾਇਆ ਜਾਏ, ਕੋਈ ਹਸਪਤਾਲ ਬਣਾਇਆ ਜਾਏ, ਚਾਹੇ ਹੋਰ ਲੋਕਾਂ ਦੀ ਸੇਵਾ ਲਈ ਕੋਈ ਹੋਰ ਜਗ੍ਹਾ ਬਣਾਈ ਜਾਵੇ ਤਾਂ ਬਹੁਤ ਅੱਛੀ ਗੱਲ ਆ। ਉਹਨੂੰ ਵੇਚਣਾ ਨਹੀਂ ਚਾਹੀਦਾ ਜਾਂ ਉਹਨੂੰ ਗਮਾਡਾ ਨੂੰ ਲੈਣ ਨਹੀਂ ਦੇਣਾ ਚਾਹੀਦਾ। ਇਸੇ ਕਰਕੇ ਅੱਜ ਇੱਥੇ ਮੀਟਿੰਗ ਕੀਤੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਨੂੰ ਰਿਕੁਐਸਟ ਕੀਤੀ ਜਾਏ, ਇਹਨਾਂ ਨੂੰ ਕਿਹਾ ਜਾਏ ਵੀ ਉਹ ਜ਼ਮੀਨ ਜਿਹੜੀ ਹੈ ਉਹ ਮੱਤ ਦਿਓ, ਉਹਨੂੰ ਸਾਂਭ ਕੇ ਰੱਖੋ, ਉਹਨੂੰ ਕੋਈ ਪੰਥਕ ਮਾਮਲਿਆਂ ਲਈ ਵਰਤਿਆ ਜਾਵੇ ਜੀ। ਸੋ ਦੇਖਿਆ ਤੁਸੀਂ ਕਿਸ ਤਰ੍ਹਾਂ ਸੀਨੀਅਰ ਐਡਵੋਕੇਟ ਅਮਰ ਸਿੰਘ ਚਹਿਲ ਦੱਸ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੀ ਫਰਾਕ ਵਿੱਚ ਹੈ, ਖੁਦ ਮੁਨਾਫਾ ਖੱਟਣ ਦੀ ਸੋਚ ਦੇ ਨਾਲ ਗੁਰੂ ਘਰ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ। ਇਸ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ, ਅੰਬ ਸਾਹਿਬ ਦੀ ਜ਼ਮੀਨ ਵੇਚਣ ਤੋਂ ਨਹੀਂ ਟਲਦੀ, ਤਾਂ ਅਸੀਂ ਮਜਬੂਰ ਹੋ ਜਾਵਾਂਗੇ ਕਿ ਜਬਰਨ ਗੁਰਦੁਆਰੇ ਅੰਬ ਸਾਹਿਬ ਦਾ ਪ੍ਰਬੰਧ
सिख संगत के हाथी फड़ाया जाए तो इन्हों श्रोमणी कमेटी के गद्दारा इन अहद्या तो अस्तीफा देना पवेगा। सो तुसी दिओ अपने विचार कि गुरुद्वारे अंब साहिब की जमीन बेचना जायज़ है कि बादलों के इशारे से श्रोमणी कमेटी जो कदम चक रही है इस दे लई सिख कौम नूं संघर्ष करना चाहिए। तुसी दिओ कमेंटां दे विच अपने विचार। इस तरह जुड़े रहो लिबरल टीवी पंजाबी दे नाल, देश विदेश दीआं होर खबरां लैके मुड़ तो हाज़र होवांगे। तद तक दे लई धन्नवाद।